ਨਾਮ ਮੀਆਂ ਅਫਜ਼ਲ ਨਹੀਂ ਹੋਣਾ ਚਾਹੀਦਾ। ਅੱਛਾ। ਮੇਰਾ ਨਾਮ ਹੋਣਾ ਚਾਹੀਦਾ ਮੋਟਰਵੇ। ਯਾਰ 24 ਘੰਟੇ ਤੇ ਮੋਟਰਵੇ ਤੇ ਹੁਣ। ਅੱਛਾ। ਆ ਹੁਣ ਇਸਲਾਮਾਬਾਦ ਤੋਂ ਵਾਪਸ ਆਇਆ ਲਾਹੌਰ ਤੇ ਲਾਹੌਰ ਆ ਕੇ ਹੀ ਮੈਸੇਜ ਤੇ ਮੈਸੇਜ ਆਈ ਜਾ ਰਹੇ ਨੇ। ਇਹ ਹੀਟ ਵੇਵਸ ਹੀਟ ਵੇਵਸ ਹੀਟ ਵੇਵਸ। ਉਹ ਮੈਂ ਸਮਝਿਆ ਮੇਰਾ ਮੋਬਾਈਲ ਨਾ ਹੀਟ ਹੋ ਗਈ। ਉਹ ਮੈਂ ਮਕੈਨਿਕ ਕੋਲ ਗਿਆ। ਮਕੈਨਿਕ ਮੈਨੂੰ ਕਹਿੰਦਾ ਜੀ ਮੋਬਾਈਲ ਨਹੀਂ ਹੀਟ ਹੋਇਆ, ਮੋਬਾਈਲ ਤੁਹਾਡਾ ਠੀਕ ਹੈ, ਮੈਸੇਜ ਆ ਰਹੇ ਨੇ। ਉਹ ਫਿਰ ਮੈਂ ਕਰਕੇ ਇਨਬਾਕਸ ਚ ਗਿਆ ਤੇ ਮੇਰੇ ਭਤੀਜੇ ਬਿਲਾਵਲ ਜ਼ਰਦਾਰੀ ਸਾਹਿਬ, ਹਾਂ ਉਹ ਬਾਰ ਬਾਰ ਮੈਨੂੰ ਹੀਟ ਵੇਵ ਅੰਕਲ ਹੀਟ ਵੇਵ ਅੰਕਲ। ਉਹ ਮੈਂ ਫਿਰ ਕਾਲ ਕੀਤੀ, ਮੈਂ ਕਿਹਾ ਕੀ ਹੋ ਗਿਆ ਮੇਰੇ ਬੱਚੇ? ਕਹਿੰਦੇ ਨੇ ਅੰਕਲ ਹੀਟ ਵੇਵ ਦੀ ਵਜ੍ਹਾ ਤੋਂ ਬੜਾ ਤੰਗ ਹੈਗਾ। ਓਏ ਹੋਏ, ਦੱਸੋ ਫਿਰ ਮੈਂ ਇੱਥੇ ਰਵਾਂ ਕਿ ਜਾਵਾਂ ਲੰਡਨ? ਮੈਂ ਕਿਹਾ ਨਹੀਂ ਮੇਰੇ ਬੱਚੇ, ਮੈਂ ਹੂੰ ਨਾ, ਨੋ ਪ੍ਰੋਬਲਮ। ਕੱਢਿਆ ਉੱਥੋਂ ਡਾਲਾ, ਠੀਕ ਹੈ, 50 ਬਰਫ਼ ਦੇ ਬਲਾਕ ਲੱਦੇ ਨੇ ਤੇ ਨਾਲ ਜੰਪਿੰਗ ਕਾਸਲ ਲਿਆ, ਇੱਕ ਲੌਂਗ ਸਲਾਈਡ ਲਈ ਹੈ, ਪਹੁੰਚ ਗਿਆ ਪ੍ਰੈਜ਼ੀਡੈਂਸੀ, ਠੀਕ ਹੈ, ਜਾ ਕੇ ਨਾਲ ਸਵਿਮਿੰਗ ਪੂਲ ਦੇ ਵਿੱਚ ਸੱਟੇ ਨੇ 50 ਬਲਾਕ ਬਰਫ਼ ਦੇ, ਓਏ ਹੋਏ, ਠੰਡੇ ਬਾਅਦ ਬੋਲ ਦਾ ਜੰਪਿੰਗ ਕਾਸਲ ਨਹੀਂ ਹੁੰਦੀ, ਮਾਰੀ ਉਹਦੇ ਫੂਕ ਰੱਖ ਕੇ ਮੈਂ ਤਿਆਰ ਕਰਕੇ ਤੇ ਬੂਹੇ ਦੇ ਕੋਲ ਮੈਂ ਰੱਖ ਦਿੱਤਾ, ਠੀਕ ਹੈ, ਤੇ ਲੌਂਗ ਸਲਾਈਡ ਮੈਂ ਲਾਈ ਹੈ ਪੂਲ ਦੇ ਅੰਦਰ। ਬੁਲਾਇਆ ਫਿਰ ਆਪਣੇ ਭਤੀਜੇ ਨੂੰ ਬਿਲਾਵਲ ਸਾਹਿਬ, ਹਾਂਜੀ, ਠੀਕ ਹੈ, ਮੈਂ ਕਿਹਾ ਆ ਹਾਂ ਜਰਾ ਮੇਰੇ ਬੱਚੇ ਅੰਦਰ। ਹਾਂ, ਅੰਦਰ ਆਇਆ ਤੇ ਜੰਪਿੰਗ ਕਾਸਲ ਵੇਖ ਕੇ ਤੇ ਅਸੀਂ ਜਾ ਰਹੇ। ਅੱਛਾ। ਫਿਰ ਲੌਂਗ ਸਲਾਈਡ ਦੇ ਉੱਤੇ ਪਰ ਕਰਕੇ ਚੜ੍ਹਿਆ, ਆਹਾ, ਮਾਰਿਆ ਜੰਪ, ਆਹਾ, ਤੇ ਨਾਂਦਾ ਨਾਂਦਾ ਸਿਰਫ ਇੰਗ ਕਰਕੇ ਸਿਰ ਬਾਹਰ ਕੱਢਿਆ ਪਾਣੀ ਵਿੱਚ, ਹਾਂਜੀ, ਤੇ ਮੈਨੂੰ ਕਹਿੰਦੇ ਨੇ ਅੰਕਲ ਖੱਪੇ, ਬੜਾ ਖੁਸ਼ ਮਾਸ਼ਾਅੱਲਾ, ਜ਼ਬਰਦਸਤ। ਫਿਰ ਨਾਲ ਥੋੜੀ ਦੇਰ ਬਾਅਦ ਨਾਲ ਥੱਕ ਗਿਆ ਨਾ, ਤੇ ਲੱਤਾਂ ਲਟਕਾ ਕੇ ਫਿਰ ਪੂਲ ਦੇ ਨੁੱਕਰ ਤੇ ਬਹਿ ਗਏ ਆ। ਅੱਛਾ। ਬਸ ਫਿਰ ਗੱਲਾਂ ਬਾਤਾਂ ਸ਼ੁਰੂ। ਬਟਲਰ ਨੂੰ ਬੁਲਾਇਆ ਫੌਰਨ ਮੈਂ, ਬਟਲਰ ਕੋ, ਯੈਸ, ਠੀਕ ਹੈ, ਮੈਂ ਕਿਹਾ ਬਰਾਊਨ ਬ੍ਰੈਡ ਦੇ ਬਣਾ ਕੇ ਲਿਆ ਜ਼ਰਾ ਸੈਂਡਵਿਚ, ਓਏ ਹੋਏ, ਤੇ ਨਾਲ ਸੈਲਡ ਤੇ ਨਾਲ ਮੈਂ ਕਿਹਾ ਜੂਸ ਲਿਆ, ਉੱਥੇ ਬਹਿ ਕੇ ਫਿਰ ਦੋਵਾਂ ਨੇ ਖਾਧੇ ਨੇ, ਚਾਚੇ ਬਤਰੀਏ ਨੇ, ਵਾਹ ਵਾਹ ਵਾਹ। ਮੈਂ ਫਿਰ ਹਲਕਾ ਜਿਹਾ ਪੁੱਛਿਆ, ਮੈਂ ਕਿਹਾ ਮੇਰੇ ਸ਼ਹਿਜ਼ਾਦਿਆ ਕਿਉਂ ਨਹੀਂ ਕਾਬੀਨਾ ਦੇ ਅੰਦਰ ਐਂਟਰ ਹੋ ਰਹੇ? ਕਹਿੰਦੇ ਨੇ ਅਗਰ ਮੈਂ ਫੋਰਨ ਮਿਨਿਸਟਰ ਹੋਤਾ ਤੋ ਫਿਰ ਜਾਤਾ ਵੀ ਅੱਛਾ ਲਗਤਾ। ਮੈਂ ਕਿਹਾ ਹੋ ਸਕਤੇ ਹੈ ਆਪ, ਜਬ ਆਪ ਚਾਹੇ ਹੋ ਸਕਤੇ ਹੈ। ਮੈਂ ਕਹਿੰਦਾ ਨਹੀਂ, ਵੋ ਤੋ ਮੁਝੇ ਵੀ ਪਤਾ ਹੈ, ਲੇਕਿਨ ਵੋ ਅੰਕਲ ਇਸਹਾਕ ਡਾਰ ਕੇ ਮੈਸੇਜ ਆਤੇ ਹੈ। ਹਾਂ, ਉਹ ਕਹਿੰਦੇ ਨੇ ਠਹਿਰ ਜਾਓ ਮੇਰੇ ਭਤੀਜੇ, ਅਭੀ ਠਹਿਰ ਜਾਓ। ਹਾਂ, ਕਹਿੰਦਾ ਫਿਰ ਮੈਂ ਅੰਕਲ ਦੀ ਰਿਸਪੈਕਟ ਕਰਨਾ ਦਿਲੋਂ, ਇਸ ਵਾਸਤੇ ਹਲੇ ਮੈਂ ਠਹਿਰਿਆ ਹੋਇਆ, ਵਰਨਾ ਕਹਿੰਦੇ ਨੇ ਮੈਂ ਕਿਸੇ ਵੇਲੇ ਵੀ ਹੋ ਸਕਦਾ ਮਾਸ਼ਾਅੱਲਾ। ਬਿਲਕੁਲ, ਤੇ ਕਿਵੇਂ ਮਹਿਮਾਨ? ਓ ਮਾਸ਼ਾਅੱਲਾ, ਕੌਣ ਨੇ? ਔਰੰਗਜ਼ੇਬ ਲਗਾਰੀ ਸਾਹਿਬ ਨਹੀਂ ਹੈ? ਮੈਂ ਬੜੇ ਡਰਾਮੇ ਇਹਨਾਂ ਦੇ ਵਿੱਚ, ਹੋਰ ਨਹੀਂ ਹੈ, ਕੋਈ ਮੈਂ ਸੋਚ ਰਿਹਾ ਵੀ ਚੇਂਜ ਹੋ ਗਏ ਨੇ, ਹਾਂ, ਹੁਣ ਛੱਡ ਗਏ ਨੇ ਮੇਰੇ ਖਿਆਲ ਫੀਲਡ, ਔਰੰਗਜ਼ੇਬ ਲਗਾਰੀ ਸਾਹਿਬ ਨਹੀਂ ਹੈ, ਕੋਈ ਮੈਂ ਕਿੱਥੇ ਵੇਖਿਆ ਇਹਨਾਂ ਨੂੰ? ਉਹ ਰਾਣਾ ਦੱਸੋ, ਮਾਸ਼ਾਅੱਲਾ, ਬੜੇ ਜ਼ਹੀਨ ਆਦਮੀ ਹੈਗੇ ਨੇ। ਮੈਂ ਤੇ ਉਸ ਦਿਨ ਹੀ ਸਮਝ ਗਿਆ ਸਾ ਵੀ ਆਉਣਗੇ ਸਿਆਸਤ ਵਿੱਚ, ਜਦੋਂ ਚੇਅਰਮੈਨ ਦਾ ਇਲੈਕਸ਼ਨ ਲੜੇ। ਜੀ ਸਰ, ਮਾਸ਼ਾਅੱਲਾ, ਮਿਊਂਸੀਪਲ ਕਾਰਪੋਰੇਸ਼ਨ ਦੇ ਚੇਅਰਮੈਨ ਹੋਏ ਨੇ, ਯੈਸ, ਇਹਨਾਂ ਦੇ ਵਾਲ, ਇਹਨਾਂ ਦੇ ਦਾਦਾ, ਪੂਰਾ ਖਾਨਦਾਨ ਸਿਆਸੀ, ਓਏ ਹੋਏ, ਕੋਈ ਕੰਮ ਹੋਰ ਆਉਂਦਾ ਹੀ ਨਹੀਂ। ਸਰ, ਇਹ ਵੀ ਬੜਾ ਕੰਮ ਹੈਗਾ, ਬੜਾ ਮੁਸ਼ਕਿਲ ਹੈਗਾ ਮੁਲਕ ਨੂੰ ਸੰਭਾਲ ਕੇ ਰੱਖਣਾ, ਤੇ ਮਾਸ਼ਾਅੱਲਾ ਹੁਣ ਤੇ MP ਹੋ ਗਏ, ਯੈਸ, ਤੇ ਕੋਟ ਅੱਦੂ ਦੇ ਮਾਸ਼ਾਅੱਲਾ ਆਪਣਾ ਨਹੀਂ ਉਹ ਪਠਾਣੇ ਖਾਨ ਸਾਹਿਬ, ਹਾਂ, ਉਹਨਾਂ ਦੇ ਸ਼ਾਗਿਰਦ ਵੀ ਰਹੇ ਨੇ, ਹਾਰਮੋਨੀਅਮ ਉਹਨਾਂ ਦੇ ਪਿੱਛੇ ਵਜਾਉਂਦੇ। ਮੁਬਾਰਕ ਦਿੱਤੀ ਹੈ ਮਾਸ਼ਾਅੱਲਾ, MP ਹੋ ਗਏ, ਜੀ ਜੀ ਬਿਲਕੁਲ, ਮੁਬਾਰਕ ਹੋਵੇ। ਲਿਆ ਡਾਲਾ, ਕਿਉਂ? ਮੈਂ ਫਾਜ਼ਲ ਨੂੰ ਜ਼ਰਾ ਘਰ ਛੱਡ ਆਵਾਂ। ਅਰੇ ਉਹ ਖੁਦ ਚਲੇ ਜਾਏਗੇ। ਨਹੀਂ ਨਹੀਂ, ਉਸ ਘਰ ਨਹੀਂ, ਮਤਲਬ ਇਹ ਘਰ ਹੈ ਨਾ ਸਲਾਹ ਖਾਨ ਲਾ, ਯਾਰ ਨਾਜ਼ ਆ ਜਾ ਉੱਥੇ, ਮੈਂ ਹੋਣਾ ਹੈ, ਮੈਂ ਕੋਈ ਤਕਲੀਫ ਮੈਂ ਆਉਣ ਦੇਣੀ ਹੈ। ਅੱਛਾ, ਮਾਸ਼ਾਅੱਲਾ ਬੜੇ, ਤੇ ਓ ਨੋ, ਅਰੀਜ ਫਾਤਮਾ ਨਹੀਂ ਹੈ, ਇੱਥੋਂ ਇੱਥੇ ਆ ਗਏ, ਨਹੀਂ ਹੈ, ਉਧਰ ਬੈਠੀ ਹੈ ਵੀ ਵੀ, ਮੈਂ ਅਰੀਜ ਕੇ ਸਾਹਮਣੇ, ਅਰੀਜ ਆਈ ਤੇ ਮਾਸ਼ਾਅੱਲਾ, ਹਾਂ, ਟਾਪ ਮਾਡਲਾਂ ਦੇ ਵਿੱਚੋਂ ਇੱਕ ਨਾ ਹੈ ਮਾਸ਼ਾਅੱਲਾ, ਹਾਂ, ਸਰ ਤੁਸੀਂ ਇਹਨਾਂ ਨੂੰ ਸਿਰਫ ਮਾਡਲਿੰਗ ਕਰਦੇ ਆ ਵੇਖਿਆ? ਅੱਛਾ, ਮੈਂ ਤੇ ਇਹਨਾਂ ਨੂੰ ਵਾਲੀਆਂ ਮਾਰਦੇ ਵੀ ਵੇਖਿਆ। ਓਏ ਹੋਏ, ਅੱਛਾ, ਇਹ ਸਰ ਮਾਸ਼ਾਅੱਲਾ ਬਹੁਤ ਅੱਛੇ ਵਾਲੀਬਾਲ ਦੇ ਪਲੇਅਰ ਹੈਗੇ ਨੇ, ਔਰ ਬਿਹਤਰੀਨ ਕੋਸਮੈਟਿਕ ਇੰਜੀਨੀਅਰ ਪਲੇਅਰ, ਸੋਰੀ ਸੋਰੀ, ਤੇ ਆਪਣਾ ਬਾਜਨ ਨਾਲ ਇੱਕ ਫੋਟੋ ਲੈ ਲਈਏ, ਆਪ ਉਨਸੇ ਪੁੱਛਿਏ, ਕਿਉਂਕਿ ਉੱਥੇ ਥਾਣੇ ਦੇ ਵਿੱਚ ਲਾਉਣੀ ਪੈਂਦੀ ਨਾ। ਪਹਿਲੇ ਆਪ ਇਹ ਪੁੱਛੇ
कि आप तो निकल आएंगे सुलाग से बाहर, आप कैसे निकलेंगे? आपको तो मुश्किल नहीं होगी, इनको तो होगी। नहीं, मैं तो यही करके बाहर आ जाऊंगा। आप यही तो कह रही हूँ, आप तो ऐसे करके बाहर आ जाएंगे, ये बेचारे यही देखते रह जाएंगे कि मैं जो ब्रेक डांस सीखे है, मैं किसी उस्ताद को थोड़ी लिखे जेल चो सीखे। हाँ, वो मुजरम कई बार बड़े गुस्से वाले होंगे ना, वो मेरे बाद फट के अंदर खिंच लेते सुलाग खाने अंदरों अंदरों, फिर मैं यही करके। सर जी फ्रेश फोटो दे दियो क्योंकि थाने च लाउनी है। तुसां तां नहीं आ रहे जी? मैं सर आए नहीं, जिहड़ी सलाख जी ये मैं हैगा। मैडम जी जी, मैं तुहाडे चक्कर च मैनूं उहनां दी वी फोटो खिंचणी पई। लिफ्ट के अंदर एंटर हुए हैं आप, तीन लोग मौजूद हैं, एक के साथ सेल्फी लेंगे, एक को स्माइल देंगे और एक को आप कहेंगे कि मेरे ख्याल से आपका फ्लोर आ चुका हुआ है जी। ऑप्शंस आपके पास जो हैं वो हैं मुराद सईद, हमाद अजहर और जनाब शाह महमूद कुरैशी। तो सेल्फी किसके साथ है? जनरल नॉलेज का सवाल कैसा है? जनरल नॉलेज के लिए जा रहे हैं। वेलकम बैक टू गपशप जी। मैं शुरू करता हूँ अंडर द स्पॉटलाइट, हमारा अनज़िप सेक्शन है जिसमें आपसे सवाल पूछूंगा, ऑप्शंस दूंगा, उनमें से ही जवाब चूज करना है। ज्यादा चलूँ कहीं पे आपको लगे कि आप जवाब नहीं देना चाह रहे या नहीं दे पा रही, तो आप जनरल नॉलेज में जा सकते हैं, ठीक है? और अगर वहाँ पे सही जवाब दिया तो हर सही जवाब पे 5,000 मिलेंगे। तो ये आप लोगों के ऊपर, आप कहाँ जवाब देना चाहते हैं जी पूछें। चले जी, औरंगजेब साहब से ही शुरू करेंगे। तो राणा साहब ये बता दीजिए, आपकी जिंदगी में फिल्म बन रही है, क्या चाहेंगे इनमें से कौन सा अदाकार आपका कैरेक्टर उसके अंदर करे? ऑप्शंस आपके पास जो हैं वो हैं फैसल कुरैशी और अदनान सदीकी। अदनान सदीकी। अदनान सदीकी साहब होंगे। लिफ्ट के अंदर एंटर हुए हैं आप, तीन लोग मौजूद हैं, एक के साथ सेल्फी लेंगे, एक को स्माइल देंगे और एक को आप कहेंगे कि मेरे ख्याल से आपका फ्लोर आ चुका हुआ है जी। ऑप्शंस आपके पास जो हैं वो हैं मुराद सईद, हमाद अजहर और जनाब शाह महमूद कुरैशी। तो सेल्फी किसके साथ है? जनरल नॉलेज का सवाल कैसा है? जनरल नॉलेज की तरफ जा रहे हैं। जनरल नॉलेज की तरफ चले गए हैं। आपसे सवाल अब हमने पूछना है, यूनाइटेड नेशंस किस सन में बनी? मुराद सईद। मुराद सईद। मुराद सईद तो हो गए एक, यानी कि उनके साथ सेल्फी लेंगे। स्माइल किन को देंगे? हमाद अजहर और शासा बचे हैं। हमाद अजहर। और फ्लोर आ चुका हुआ है शाह महमूद कुरैशी साहब का जी। ठीक है, चांद पे जा रहे हैं, किसी एक को साथ लेके जा सकते हैं, जिसको लेके जाएंगे उनको वहीं छोड़ेंगे, अलबत्त आप वापस आ जाएंगे। ठीक है, किसको चांद पे छोड़ देना चाहते हैं? ऑप्शंस आपके पास हैं जैन कुरैशी और शेर अफजल मरवत। शेर अफजल मरवत की हमें जरूरत है, उसे तो लेके आऊंगा, उसे नहीं छोड़ो। ठीक है, तो जैन कुरैशी को आपने वहां पे छोड़ दिया बस। ठीक है, ये बताइए सर, टाइटैनिक पे जा रहे हैं, टाइटैनिक देखी हुई आपने? जी। काम भी किया ना। टाइटैनिक पे जा रहे हैं, दो वीआईपी पास हैं, एक अपना है, दूसरे पे किसी और को साथ लेके जा सकते हैं, किसको टाइटैनिक पे अपने साथ लेके जाना चाहेंगे? ऑप्शंस आपके पास जो हैं वो हैं जनाब उस्मान बुज़दार और जनाब फयाजुल हसन चौहान। उस्मान बुज़दार। उस्मान बुज़दार के साथ टाइटैनिक पे। ठीक है, ये बताइए, डूबती कश्ती में सवार हैं, दो लाइफ जैकेट आपके पास हैं, एक अपनी है, दूसरी आपने किसी और को देनी है, वो दूसरी लाइफ जैकेट आप किन को दे रहे हैं जी? ऑप्शंस आपके पास जो हैं वो हैं अरीज अवान, अरीज फातिमा जी और डॉक्टर फिरदौस आशिक अवान। अरीज फातिमा।